ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਗੱਲ ਕਰਾਂਗੇ ਪੱਖ ਦੇ ਮਸਲ ਲੈ ਕੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਿ ਈਸਾਈ ਧਰਮ ਅਤੇ ਸਿੱਖ ਧਰਮ ਦਾ ਆਪਸੀ ਜਿਹੜਾ ਮਸਲਾ ਉਹ ਕਾਫੀ ਗਰਮਾਉਂਦਾ ਨਜ਼ਰ ਆ ਰਿਹਾ, ਕਿਉਂਕਿ ਪਾਸਟਰ ਅੰਕਲ ਨਰੂਲਾ ਦੇ ਮੁੱਦੇ ਤੋਂ ਬਾਅਦ ਜਿਹੜੇ ਕਿ ਸਾਰੀਆਂ ਸਿੱਖ ਜਥੇਬੰਦੀਆਂ ਇੱਕਜੁੱਟ ਹੋਈਆਂ। ਉਹਨਾਂ ਦਾ ਕਹਿਣਾ ਕਿ ਪਖੰਡਵਾਦ ਅਤੇ ਅੰਧ ਵਿਸ਼ਵਾਸ ਜਿਹੜਾ ਲਗਾਤਾਰ ਲੋਕਾਂ ਦੇ ਵਿੱਚ ਵਧਾਇਆ ਜਾ ਰਿਹਾ, ਉਸ ਨੂੰ ਅਸੀਂ ਖਤਮ ਕਰਾਂਗੇ, ਕਿਉਂਕਿ ਇਸ ਦੇ ਨਾਲ ਲੋਕਾਂ ਨੂੰ ਗਲਤ ਰਾਹ ਤੇ ਪਾਇਆ ਜਾ ਰਿਹਾ। ਇਸ ਤੋਂ ਬਾਅਦ ਉੱਥੇ ਹੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵੱਲੋਂ ਵੀ ਜਿਹੜਾ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਈਸਾਈਆਂ ਦਾ ਭਰਮਾ ਇਕੱਠ ਹੋਇਆ, ਉਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਕਈ ਤਿੱਖੇ ਸਵਾਲ ਕਰ ਦਿੱਤੇ, ਜਿਸ ਦੇ ਵਿੱਚ ਬੋਲਦੇ ਹੋਏ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਦੇਖਿਆ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਈਸਾਈਆਂ ਦਾ, ਅਤੇ ਇੰਨਾ ਇਕੱਠ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਹੋ ਸਕਦਾ ਹੈ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਕਿਉਂ ਨਹੀਂ। ਅੰਮ੍ਰਿਤਸਰ ਦੀ ਬੈਲਟ ਹੈ ਜਿਹੜੀ ਬਾਰਡਰ ਦਾ ਇਲਾਕਾ, ਬਹੁਤੇ ਲੋਕ ਈਸਾਈ ਬਣ ਗਏ, ਐਡਾ ਵੱਡਾ ਇਕੱਠ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਇਆ, ਹੁਣ ਬਣੇ ਕਿਉਂ? ਚਾਹੀਦਾ ਕੀ ਸੀ? ਸ਼੍ਰੋਮਣੀ ਕਮੇਟੀ ਹੈ ਜਿਹੜੀ, ਸੁੱਤੇ ਪਏ ਆ ਸਾਰੇ। ਐਡਾ ਵੱਡਾ ਇਕੱਠ, ਮੈਨੂੰ ਜਰਾ ਜਵਾਬ ਦੇ ਦਿਓ, ਕੋਈ ਪ੍ਰਚਾਰਕ ਅੱਜ ਇਹਨਾਂ ਕੋਲ ਹੈ ਜਿਹੜਾ ਉਹ ਅੰਮ੍ਰਿਤਸਰ ਦੀ ਜਿਹਦੇ ਉਹ ਵੱਡੇ ਉਹਦੇ ਉਹਦੇ ਇਕੱਠ ਜਿੱਦਾਂ ਇਕੱਠ ਕਰ ਸਕੇ? ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਈਸਾਈ ਭਾਈਚਾਰੇ ਵਾਲੇ ਨੇ ਉਹਨਾਂ ਦੇ ਵੱਲੋਂ ਜੋ ਕਿ ਉਹਨਾਂ ਦੇ ਦੁੱਖ ਜਿਹੜੇ ਪਾਸਟਰਾਂ ਦੇ ਵੱਲੋਂ ਦੂਰ ਕੀਤੇ ਜਾਂਦੇ ਨੇ, ਦੇਖਿਆ ਜਾਂਦਾ ਕਿ ਉਹਨਾਂ ਦੇ ਵੱਡੇ ਵੱਡੀਆਂ ਬਿਮਾਰੀਆਂ ਦੂਰ ਕੀਤੀਆਂ ਜਾਂਦੀਆਂ ਨੇ, ਤਾਂ ਫਿਰ ਉਹ ਸਵਾਲ ਕਰਨਗੇ ਕਿ ਜੇਕਰ ਤੁਹਾਡੇ ਗੁਰੂ ਸਾਰੇ ਜਿਹੜੇ ਕਿ ਬਿਮਾਰੀਆਂ ਨੂੰ ਠੀਕ ਕਰ ਸਕਦੇ ਨੇ, ਜਿਹੜੇ ਕਿ ਲੰਗੜੇ ਨੂੰ ਤੁਰਨ ਲਾ ਸਕਦੇ ਨੇ, ਜਿਹਨਾਂ ਨੂੰ ਨਹੀਂ ਨਜ਼ਰ ਆਉਂਦਾ ਉਹਨਾਂ ਨੂੰ ਦਿਖਣ ਲਾ ਸਕਦੇ ਨੇ, ਤਾਂ ਫਿਰ ਸਾਡੇ ਧਰਮ ਵਾਲੇ ਕਿਉਂ ਨਹੀਂ? ਹੁਣ ਸ਼੍ਰੋਮਣੀ ਕਮੇਟੀ ਕਵੇ, ਜਥੇਦਾਰ ਪ੍ਰਚਾਰਕ ਪ੍ਰਚਾਰ ਕਰਨਗੇ, ਈਸਾਈ ਗਲਤ ਕਰਦੇ ਨੇ, ਇਹ ਜੀ ਜੋ ਕਰ ਰਹੇ ਨੇ ਕਰਾਮਾਤਾਂ ਇਹ ਗੱਲਾਂ ਠੀਕ ਨਹੀਂ, ਜੇ ਇਹ ਕਹਿਣਗੇ ਉਹ ਅੱਗੋਂ ਕਹਿਣਗੇ ਜੇ ਤੁਹਾਡੇ ਅੰਨੇ ਠੀਕ ਹੋ ਸਕਦੇ ਨੇ, ਲੰਗੜੇ ਠੀਕ ਹੋ ਸਕਦੇ ਨੇ, ਜੇ ਤੁਸੀਂ ਗੁਰਦੁਆਰਿਆਂ 'ਚ ਠੀਕ ਕਰ ਸਕਦੇ ਹੋ ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਕਹਿਣਗੇ ਕਿ ਨਹੀਂ ਕਹਿਣਗੇ? ਬੋਲੋ ਜੀ। ਕਹਿਣਗੇ ਜੇ ਤੁਹਾਡੇ ਪਾਤਸ਼ਾਹ ਠੀਕ ਕਰ ਸਕਦੇ ਨੇ, ਜੀਸਸ ਠੀਕ ਕਿਉਂ ਨਹੀਂ ਕਰ ਸਕਦਾ? ਬੋਲੋ ਜੀ, ਕਹਿਣਗੇ ਕਿ ਨਹੀਂ ਕਹਿਣਗੇ? ਤੁਸੀਂ ਇੱਕ ਠੀਕ ਕਰ ਦਿੰਦੇ ਹੋ, 10 ਦੀ ਵੀਡੀਓ ਪਾ ਦਿੰਦੇ ਹੋ, ਵੇਖੋ ਜੀ ਠੀਕ ਹੋ ਗਿਆ, ਠੀਕ ਹੋ ਗਿਆ, ਠੀਕ ਹੋ ਗਿਆ, ਉਹਨਾਂ ਨੇ ਤੁਹਾਡੇ ਵਾਲਾ ਕੰਮ ਹੀ ਉਹਨਾਂ ਨੇ ਸ਼ੁਰੂ ਕਰ ਲਿਆ। ਕਹਿੰਦੇ ਕਰਾਮਾਤ ਹੁੰਦੀ ਹੈ ਸਿੱਖੋ, ਆਪਾਂ ਕਿਹਾ ਹਾਂਜੀ ਹੁੰਦੀ ਹੈ, ਤੁਹਾਡੇ ਗੁਰਦੁਆਰਿਆਂ 'ਚ ਹੁੰਦੀ ਹੈ ਸਿੱਖੋ, ਆਪਾਂ ਕਿਹਾ ਜੀ ਹੁੰਦੀ ਹੈ, ਉਹਨਾਂ ਕਿਹਾ ਚਲੋ ਜੀ ਤੁਹਾਨੂੰ ਸਟੇਜਾਂ ਤੇ ਕਰਾਮਾਤਾਂ ਕਰ ਕਰਕੇ ਵਿਖਾਉਂਦੇ ਆ, ਕਰਾਮਾਤਾਂ ਕਰ ਕਰਕੇ। ਉੱਥੇ ਹੀ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਰੱਖੋ 5 ਦਿਨਾਂ ਦਾ, ਜਿਹੜਾ ਕਿ ਦੀਵਾਨ ਸਜਾਓ ਤੇ ਦੇਖਿਓ, ਕਿਉਂਕਿ ਮੈਂ ਆਪਣੇ ਆਪ ਤੇ ਹੰਕਾਰ ਨਹੀਂ ਕਰਦਾ, ਪਰ ਤੁਸੀਂ ਦੇਖ ਲਿਓ ਕਿ ਇਸ ਸਮਾਗਮ ਦੇ ਵਿੱਚ 10,000 ਤੋਂ ਵੱਧ ਜਿਹੜੇ ਕਿ ਸੰਗਤਾਂ ਉਹ ਜਿਹੜਾ ਕਿ ਅੰਮ੍ਰਿਤ ਛਕਣਗੀਆਂ। ਮੈਂ ਹੰਕਾਰ ਨਾਲ ਨਹੀਂ ਕਹਿੰਦਾ, ਅੱਜ ਕਹਿ ਦੇਣ ਅੱਜ ਵੀ ਅੰਮ੍ਰਿਤਸਰ ਉਹ ਮੰਡੀ ਦੇ ਵਿੱਚ ਸੰਗਤ ਇਕੱਠੀ ਕਰਨ ਲਈ ਹੈ, ਦੀਵਾਨ ਰੱਖ ਲੈਣ, 4-5 ਦਿਨ ਦਾ ਪ੍ਰੋਗਰਾਮ ਰੱਖ ਲੈਣ, ਜਥੇਦਾਰ ਆਪਣੇ 5 ਪਿਆਰੇ ਲੈ ਆਉਣ, 5 ਦਿਨ ਦਾ ਦੀਵਾਨ ਰੱਖ ਲੈਣ, 10,000 ਬੰਦਾ ਅੰਮ੍ਰਿਤ ਛਕ ਲਏਗਾ ਅੱਜ ਵੀ। ਉਹਨਾਂ ਨੂੰ ਇਹ ਦੱਸਣ ਦੀ ਲੋੜ ਹੈ
ਓਏ ਤੂੰ ਆਪ ਜਿਉਂਦੀ ਜਾਗਦੀ ਕਰਾਮਾਤ ਹੈ, ਕਿਹੜੀ ਕਰਾਮਾਤ ਦੀ ਗੱਲ ਕਰਦਾ ਹੈ? ਤੂੰ ਖੁਦ ਕਰਾਮਾਤ ਹੈ, ਬੰਦਾ ਆਪਣੇ ਆਪ ਕਰਾਮਾਤ ਹੈ। ਵੀਰੋ ਮੇਰਿਓ, ਆ ਲਾਈਟਾਂ ਜਗਦੀਆਂ ਨੇ ਕਰਾਮਾਤ ਤੋਂ ਘੱਟ ਨੇ? ਇੰਨਾ ਹੀ ਨਹੀਂ, ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਈਸਾਈਆਂ ਦਾ ਇਹ ਭਰਮਾ ਇਕੱਠ ਹੋਇਆ ਅਤੇ ਦੂਜੇ ਪਾਸੇ ਜਿਹੜਾ ਕਿ ਕਿਹਾ ਜਾ ਰਿਹਾ ਕਿ ਜਿਹੜੀ ਕਿ ਸਿੱਖਾਂ ਦਾ ਜਿਹੜਾ ਕਿ ਇਹ ਗੜ ਹੋਣਾ ਚਾਹੀਦਾ, ਸਿੱਖਾਂ ਦੇ ਵੱਲੋਂ ਜਿਹੜੀ ਕਿ ਆਪਣੀ ਸੰਸਥਾ ਹੋਣੀ ਚਾਹੀਦੀ ਆ, ਪਰ ਜਿਸ ਤਰੀਕੇ ਦੇ ਨਾਲ ਈਸਾਈਆਂ ਦੇ ਵੱਲੋਂ ਵੱਡਾ ਪ੍ਰਚਾਰ ਕੀਤਾ ਜਾ ਰਿਹਾ, ਵੱਡੇ ਵੱਡੇ ਇਕੱਠ ਹੋ ਰਹੇ ਨੇ, ਤਾਂ ਫਿਰ ਜਿਹੜੀ ਸੰਸਥਾ ਉਹਨਾਂ ਦੀ ਬਣਦੀ ਉਹ ਨਜ਼ਰ ਆ ਰਹੀ ਹੈ। ਕਿਧਰੇ ਹੀ ਜਾਣੀਆਂ ਨੇ ਤੁਹਾਡਾ ਸਾਰਾ ਸੈਟਅਪ, ਜਿਹੜੇ ਹਿਸਾਬ ਨਾਲ ਅਗਲੇ ਪਲੈਨਿੰਗ ਕਰ ਰਹੇ ਨੇ ਨਾ, ਆਉਣ ਵਾਲੇ 10 15 20 ਸਾਲਾਂ ਵਿੱਚ ਵੇਖਿਓ ਇੱਥੇ ਅਸਾਈ ਕਿਵੇਂ ਬਣਦੇ ਆ। ਅਗਲੇ ਨੂੰ ਘਰ ਬਣਾ ਬਣਾ ਕੇ ਦੇ ਰਹੇ ਆ, ਇਲਾਜ ਫ੍ਰੀ ਕਰ ਰਹੇ ਆ, ਪੜ੍ਹਾਈਆਂ ਫ੍ਰੀ ਕਰਵਾ ਰਹੇ ਆ। ਅਗਲਿਆਂ ਨੇ ਜਾਣਾ ਹੀ ਆ। ਫਿਰ ਤੁਹਾਡਾ ਬਜਟ ਲੱਗਦਾ ਲੀਡਰਾਂ ਦੀਆਂ ਰੈਲੀਆਂ ਲਈ, ਹੈ ਬਈ? ਤੁਹਾਡੇ ਲੰਗਰ ਲੱਗਦੇ ਆ ਗਰੀਬਾਂ ਦੀਆਂ ਰੈਲੀਆਂ ਲਈ। ਤੁਹਾਡਾ ਪੈਸਾ ਕਿਹੜੇ ਪਾਸੇ ਜਾਂਦਾ ਪਤਾ ਨਹੀਂ, ਵੱਡੇ ਲੀਡਰਾਂ ਦੀਆਂ ਜੇਬਾਂ 'ਚ ਤੁਹਾਡਾ ਪੈਸਾ ਜਾਂਦਾ ਹੈ, ਪਰ ਅਸਾਈਆਂ ਨੇ ਲੋਕਾਂ ਦੀ ਮਦਦ ਕਰਕੇ ਲੋਕਾਂ ਨੂੰ ਜੋੜਿਆ, ਚੇਂਜ ਕਰ ਰਹੇ ਨੇ, ਬਦਲ ਰਹੇ ਨੇ ਲੋਕ। ਸੋ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਇਹ ਮੁੱਦਾ ਗਰਮਾਉਂਦਾ ਜਾ ਰਿਹਾ, ਖਾਸ ਕਰਕੇ ਪਾਸਟਰ ਅੰਕਲ ਨਰੂਨਾ ਨੂੰ ਲੈ ਕੇ ਵੀ ਜਿਹੜੀਆਂ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਈਆਂ ਨੇ, ਕਿਉਂਕਿ ਸਿੱਖ ਜਥੇਬੰਦੀਆਂ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਕਿ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਅਤੇ ਜਿਹੜਾ ਕਿ ਧਰਮ ਦੇ ਪ੍ਰਤੀ ਕੂੜ ਪ੍ਰਚਾਰ ਫੈਲਾਇਆ ਜਾ ਰਿਹਾ, ਲੋਕਾਂ ਨੂੰ ਪਖੰਡਵਾਦ ਦੇ ਵੱਲ ਵਧਾਇਆ ਜਾ ਰਿਹਾ, ਉਹ ਕਿਸੇ ਵੀ ਕੀਮਤ ਜਿਹੜੇ ਕਿ ਸਿੱਖ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ ਤੇ ਸਿੱਖ ਜਥੇਬੰਦੀਆਂ ਇਹਨਾਂ ਦੇ ਖਿਲਾਫ ਉਹ ਇਕਜੁੱਟ ਹੋਣਗੀਆਂ। ਬਿਊਰੋ ਰਿਪੋਰਟ, ਛਣਕਾਟਾ ਨਿਊਜ਼।